ਇੱਕ ਮਨਵੀਰਪੁਰੀ ਆਂਦੇ ਦੂਜੇ ਪਾਸੇ ਲਵ ਪਲਵਾਨ। ਗੁਰਚਰਨ ਚੀਮਾ ਜੀ ਬਹੁਤ ਬਹੁਤ ਧੰਨਵਾਦ ਕਰ ਰਹੇ ਹਰ ਇੱਕ ਪੈਰ ਤੇ, ਕਹਿੰਦੇ 500-500 ਦੇ ਬਾਣ ਹੋਣਗੇ। ਨਰਿੰਦਰ ਇਹਨਾਂ ਦਾ ਵੀ ਧੰਨਵਾਦ ਹੈ। ਵਿਜੇ ਵੈਕਟਰ ਜੀ ਸਾਡੇ ਦਰਮਿਆਨ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੱਡੀ ਮੁਬਾਰਕਬਾਦ ਹੈ ਸਾਰੇ ਕਬੱਡੀ ਜਗਤ ਵੱਲੋਂ ਮੇਰੇ ਵੀਰੋ, ਬਹੁਤ ਬਹੁਤ ਧੰਨਵਾਦ ਹੈ। ਇਹ ਖੇਡ ਕਬੱਡੀ ਦੇ ਵਿੱਚ ਹੀ ਨੇ ਔਰ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਲੈ ਵੀ ਮੋਨੂ ਬਾਈ ਕੀਤਾ ਜਾਣਾ ਹੈ ਔਰ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਕਹਿੰਦੇ ਇਹ ਵਿਆਹ ਵੀ ਕਰਦੇ ਆ। ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਸ਼ੁਕਰੀਆ। ਹਰਮਨ ਜੀ ਕਰਦੇ ਵੱਲ ਨਾਟ ਖੇਡ ਮੈਦਾਨ ਚ ਕਹਿੰਦੇ ਨਾਟ ਝੋਟ ਸਪਾਰ ਵਾਲਾ ਰੇਡ ਤਾ ਰਿਹਾ ਹੈ ਤੇ ਕਹਿੰਦੇ ਪੁਆਇੰਟ ਧਾਵੀ ਦਾ, ਪੁਆਇੰਟ ਨਾਟ ਝੋਟ ਦਾ ਤੇ ਕਹਿੰਦੇ ਚੀਮਣਾ ਪਿੰਡ ਹੈ ਸਾਹਮਣੇ ਪਲਵਾਨ, ਉਹ ਚੀਮਣੇ ਵਾਲਾ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਹੁਣ ਚਾਰ ਤਿਆਰ ਨੇ, ਚਾਰਾਂ ਵਿੱਚੋਂ ਦੇਖਦੇ ਆ ਵੀ ਮੀਰਪੁਰੀਆ ਕਹਿੰਦੇ ਇੱਕਮ ਲੱਗਿਆ ਹੋਇਆ, ਉਰਲੀ ਕੰਨੀ ਤੇ ਮਨਦੀਪ ਬੈਂਸਾਂ ਵਾਲਾ ਲੱਗਿਆ ਹੋਇਆ। ਗੁਰਚਰਨ ਭਨੋੜ ਜੀ ਆਏ ਨੇ, ਇਸ ਏਰੀਏ ਦੇ ਵਿੱਚ ਬਹੁਤ ਵੱਡਾ ਨਾਮ ਹੈ ਔਰ ਕਹਿੰਦੇ ਵਰਖਾ ਕਰ ਦਿੰਦੇ ਨੋਟਾਂ ਦੀ ਤੇ ਸਾਹਮਣੇ ਪਲਵਾਨ ਚੀਮਣੇ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ, ਟੱਪ ਆ ਗਿਆ ਵੀਰਿਆ ਚੱਕ ਲਾ ਮੋਨੂ ਮੈਂ। ਔਰ ਟੱਪ ਦੀ ਕਬੱਡੀ ਖੰਡੋਰ ਪਿੰਡ ਦਾ ਟੱਪ ਕਬੱਡੀ ਪਾ ਰਿਹਾ ਹੈ, ਨਾਟ ਝੋਟ ਦੀਆਂ ਤਿੰਨ ਕਬੱਡੀਆਂ ਤੇ 1500 ਦਿੱਤਾ ਜਾਵੇਗਾ। ਗੁਰਚਰਨ ਭਨੋੜ ਜੀ ਉਹਨਾਂ ਦੀ ਤਰਫੋਂ ਜੇ ਜੱਫਾ ਲਾ ਗਿਆ 2000 ਦੇ ਮਾਨ ਹੋਣਗੇ। ਪਦੋਲੀਆ ਖਾਨ ਹਰ ਕਬੱਡੀ ਤੇ ਗੁਰਚਰਨ ਚੀਮਾ ਤੇ ਬਿੰਦ ਚੀਮਾ ਇਹਨਾਂ ਵੱਲੋਂ 500-500 ਦੇ ਮਾਨ ਦਿੱਤੇ ਜਾ ਰਹੇ ਹੈ। ਹਾਂ ਮੁੰਡੇ ਨੇ ਪਿੱਠ ਤੇ ਆਪਣੇ ਪੁੱਤਰ ਦਾ ਨਾਮ ਲਿਖਾਇਆ ਹੋਇਆ ਹੈ, ਹਰ ਖਾਨ ਲਿਖਵਾਇਆ ਹੋਇਆ, ਅੱਜ ਇਹਦਾ ਪੁੱਤਰ ਵੀ ਆਇਆ ਹੋਇਆ ਮੇਰੇ ਵੀਰੋ। ਪਦੋਲੀਆ ਖਾਨ ਟਰਾਈ ਕਰਦਾ ਹੈ। ਹਾਂ ਕਬੱਡੀ ਪ੍ਰਦੀਪ ਰਾਹੂ ਵਾਲੀਏ ਦੀ ਜਸਵੰਤ ਸਿੰਘ ਉਹਨਾਂ ਦਾ ਪੁੱਤਰ ਕਹਿੰਦੇ ਕਿਵੇਂ ਪੋਤਾ ਕਹਿੰਦੇ ਕੈਨੇਡਾ ਵਿੱਚ ਰਹਿੰਦਾ ਹੈ, ਉਹ ਮੁੰਡੇ ਨੇ ਆ ਭਰਾ ਨੇ ਸਾਡੇ ਪ੍ਰਦੀਪ ਰਾਓ ਵਾਲੀ ਨੇ 31,000 ਦਾ ਮਾਨ ਕੀਤੇ ਹੈ ਚੀਮਨੇ ਦੇ ਕਬੱਡੀ ਕੱਪ ਤੇ। ਜਸਵੰਤ ਸਿੰਘ ਜੀ ਨਿਊਜ਼ੀਲੈਂਡ ਵੀ ਪੁੱਜੇ ਹੋਏ ਆ ਔਰ ਜਸ਼ਨ ਸਿੱਧੂ ਦਾ ਵੱਡਾ ਵੀਰ ਵੀ ਆਇਆ ਹੈ। ਲੈ ਵੀ ਵੀਰਿਆ ਨਾਟ ਝੋਟ ਦੀ ਪਹਿਲੀ ਕਬੱਡੀ 1500 ਦੀ, 1500 ਦੀ ਕਹਿੰਦੇ ਪਹਿਲੀ ਰੇਡ ਸਾਹਮਣੇ ਦੇਖ ਰਿਹਾ ਵੀ ਮੁਸਤਾਕ ਕਰਦਾ ਟਰਾਈ ਤੇ ਪੁਆਇੰਟ ਕਹਿੰਦੇ ਨਾਟ ਝੋਟ ਅੰਨੀ ਜਾਣ ਹੈ, ਉਹ ਪੱਟਾਂ ਦੇ ਨਾਲ ਪੱਟ ਨੇ ਖੇਂਦੇ, ਡੌਲਿਆਂ ਨੂੰ ਕਿਤੇ ਹੱਥ ਨਹੀਂ ਪੈਂਦੇ। ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਂ ਕਰ ਕਰ ਕੁੱਸਦੇ ਆ, ਹਾਂ ਚੱਜ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਨਦਾਨੀ ਪੁੱਖਦੇ ਆ। ਹਾਂ ਕੁਲਦੀਪ ਸਿੰਘ ਦਿਆਲ ਦਾ ਪੁੱਤਰ ਹੈ, ਹਾਂ ਕਹਿੰਦੇ ਕੁਲਦੀਪ ਸਿੰਘ ਦਿਆਲ ਵੱਡੇ ਅਹੁਦੇ ਤੇ ਵਿਰਾਜਮਾਨ ਨੇ, ਇੰਸਪੈਕਟਰ ਨੇ, ਇਹ ਉਹਨਾਂ ਦਾ ਪੁੱਤਰ ਹੈ। ਕਹਿੰਦੇ ਦਿਆਲ ਪਰਿਵਾਰ ਦਾ ਮੁੰਡਾ ਅੱਗ ਜੋੜ ਗਿਆ। ਗੁਰਚਰਨ ਚੀਮਾ ਤੇ ਬਾਈ ਬਿੰਦ ਚੀਮਾ ਉਹਨਾਂ ਵੱਲੋਂ ਹਰ ਪੁਆਇੰਟ ਤੇ 500-500 ਦਿੱਤਾ ਜਾ ਰਿਹਾ ਹੈ। ਹਾਂ ਮੁੰਡੇ ਦੀ ਚੋਣ ਜਰਮਨੀ ਵਾਲੇ ਬਲਜਿੰਦਰ ਘਲੋਟੀ ਨੇ, ਬਾਈ ਭਜਨ ਘਲੋਟੀ ਨੇ, ਸ਼ੀਰਾ ਜਰਗੜੀ ਨੇ ਕੀਤੀ ਹੈ ਮੇਰੇ ਮਿੱਤਰੋ। ਇਹ ਮੁੰਡਾ ਖੇਡੇਗਾ ਯੂਰਪ ਦੀ ਧਰਤੀ ਤੇ। ਹਾਂ ਦੂਜੇ ਪਾਸੇ ਮੁੰਡਾ ਜਾਗਪੁਰ ਵਾਲਾ ਲਾਉਂਦਾ ਜੱਫਾ ਪਰ ਟੱਪ ਦੇ ਹਿੱਸੇ ਵਿੱਚ ਜੁੜਦਾ ਹੋਇਆ ਰਾਓ ਵਾਲੀਆ ਪ੍ਰਦੀਪ ਸਿੱਧੂ ਦਾ ਯਾਰ, ਆਓ ਰਾਓ ਵਾਲੀਆ ਪ੍ਰਦੀਪ ਖੇਡ ਮੈਦਾਨ ਦੇ ਵਿੱਚ। ਉਧਰ ਸਾਡੇ ਗੁਰਚਰਨ ਚੀਮਾ ਜੀ ਉਹ ਵੱਡਾ ਮਾਣ ਕਰ
ਕਰਦੇ ਆ ਆਪਣੀ ਟੀਮ ਦਾ ਖੇਡ ਮੈਦਾਨ ਦੇ ਵਿੱਚ ਦੇਖਦੇ ਵੀ ਰਾਹੂ ਵਾਲ ਪਿੰਡ ਆ ਇੱਕ ਬਣਾ ਟੱਕਰ ਆ ਮਿੱਤਰੋ ਕਿਤੇ ਠੂਰ ਵਾਲੇ ਨੇ ਕਹਿੰਦੇ ਮਾਲਵੇ ਦਾ ਮਾਣ ਵਧਾਇਆ ਜਦੋਂ ਵਰਲਡ ਕੱਪ ਦੇ ਵਿੱਚੋਂ ਪ੍ਰੀਤ ਟਰੈਕਟਰ ਜਿੱਤਿਆ ਮਿੱਤਰੋ ਗੱਲਾਂ ਲਾਈਆਂ ਟਿਕਾਣੇ ਸਾਹਮਣੇ ਵੇਖਦੇ ਵੀ ਸੁਪਾਰ ਵਾਲਾ ਉਹ ਰੇਡ ਪਾਉਣ ਦੇ ਲਈ ਵਧਿਆ ਹੋਇਆ ਉਹ ਕਰਦਾ ਤੜਾਈ ਖਾਣ ਬੱਦੋਵਾਲ ਦੀ ਧਰਤੀ ਦਾ ਅਗਲੀ ਰੇਡ ਪਾਉਣ ਲਈ ਚੀਮਣਿਆਂ ਵਾਲਾ ਫੇਰ ਵੱਧ ਗਿਆ ਉਹ ਭਲਵਾਨ ਖੇਡ ਮੈਦਾਨ ਦੇ ਵਿੱਚ ਲਓ ਲੱਭਦੀ ਰੇਡ ਚਾਰ ਤਿਆਰ ਚਾਰਾਂ ਵਿੱਚੋਂ ਕਿਹੜਾ ਡੱਕੇਗਾ ਕਿਹੜਾ ਰੱਖੇਗਾ ਉਹ ਚੀਮਣਿਆਂ ਵਾਲਾ ਰੇਡ ਪਾ ਰਿਹਾ ਸੇਵਕ ਵਰਗੇ ਤੇ ਕਹਿੰਦੇ ਏਕਮ ਵਰਗੇ ਬੱਬੂ ਵਰਗੇ ਮਨਦੀਪ ਵਰਗੇ ਆਓ ਟੱਕਰ ਆਓ ਟੱਕਰ 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 ਦੋਨੇ ਮੁੰਡੇ ਜਾਲ ਪਰਿਵਾਰ ਦੇ ਹੈ ਇੱਕ ਦਾ ਸੇਵਕ ਨਾਮ ਹੈ ਇੱਕ ਦਾ ਲਵ ਨਾਮ ਹੈ ਇੱਕ ਦਾ ਖੰਡੂਰ ਪਿੰਡ ਹੈ ਇੱਕ ਦਾ ਚੀਮਣਾ ਪਿੰਡ ਹੈ ਆਓ ਕਹਿੰਦੇ ਦੋ ਚੋਬਰ ਭਿੜੇ ਹੈ ਆ ਕ੍ਰੇਡਰ ਰੇਸੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਟੱਪਦੀ ਮੇਰੇ ਮਿੱਤਰੋ ਕਿ ਡਾਊਨ ਟੂ ਅਰਥ ਹੋ ਮਿਲ ਜਾਂਦੀ ਹੈ ਸੱਚੀ ਮੰਜ਼ਲ ਵੀ ਰੱਬ ਦਾ ਦਿੰਦਾ ਜੇ ਨੀਅਤ ਹੋਵੇ ਸੱਚੀ ਫਿਰ ਜਿਹੜੇ ਰਾਹ ਤੇ ਤੋਰੇ ਉਸੇ ਤੇ ਖੜਨਾ ਪੈਂਦਾ ਏ ਲਾਟੋ ਵਾਲਿਆ ਕਿਸਮਤ ਦਿੰਦੀ ਹਾਰਾ ਜਿੱਤਣ ਲਈ ਲੜਨਾ ਪੈਂਦਾ ਏ ਜਿੱਤਣ ਲਈ ਲੜਨਾ ਪੈਂਦਾ ਏ ਪ੍ਰਦੀਪ ਦੀ ਕਬੱਡੀ ਉਹ ਪ੍ਰਦੀਪ ਰਾਹੂ ਵਾਲੀ ਧਰਤੀ ਦਾ ਖੈਰੇ ਦੇ ਪਿੰਡ ਦਾ ਉਹ ਮੁੰਡਾ ਇੱਕ ਤਕੜਾ ਨੰਬਰ ਜੋੜ ਗਿਆ ਕਬੱਡੀ ਆ ਬਾਈ ਗੁਰਚਰਨ ਭਨੋੜ ਦੀ ਇਸੇ ਇਲਾਕੇ ਦੇ ਵੱਡੇ ਜਿਹੜੇ ਕਬੱਡੀ ਦੇ ਸ਼ਰਾਈ ਹੈ ਹਰ ਮੇਲੇ ਤੇ ਜਾ ਕੇ ਵੱਡਾ ਮਾਣ ਦਿੰਦੇ ਆ ਬਾਈ ਗੁਰਚਰਨ ਭਨੋੜ ਜੀ 2000 ਦੀ ਦੂਜੀ ਪਤੋਲੀਆ ਖਾਨ ਖੁੱਜ ਗਿਆ ਦੂਜੀ ਸਫਲ ਹੋ ਗਈ ਮੁੰਡੇ ਦੀ ਦੋ ਸਫਲ ਪਾਰਟੀਆਂ ਤੀਜੀ ਦੀ ਤਿਆਰੀ ਫਿਰ ਰੱਖੇਗਾ ਮਨ ਦੇ ਵਿੱਚ ਖੇਡ ਮੈਦਾਨ ਚ ਕਹਿੰਦੇ ਮੁੰਡਾ ਲਵ ਆਓ ਚੀਮੜਿਆਂ ਦੀ ਧਰਤੀ ਦਾ ਗੁਰਚਰਨ ਭਨੋੜ ਆਇਆ ਮੁੰਡਿਓ ਕਹਿੰਦੇ ਜੱਫੇ ਲਾਓ ਰੇਡਾਂ ਪਾਓ ਮੈਚ ਦਿਖਾਓ ਕਹਿੰਦਾ ਨੋਟ ਗੀਜਾਂ ਚ ਢੋਡਾ ਮਾਰ ਰਿਹਾ ਗੁਰਚਰਨ ਭਨੋੜ ਜੀ ਆਇਆ ਸਾਹਮਣੇ ਵੇਖਦੇ ਵੀ ਭਲਵਾਨ ਆਓ ਲਵ ਚੀਮੜਿਆਂ ਵਾਲਾ ਇੱਕ ਤਕੜੇ ਨੰਬਰ ਦਾ ਵਾਧਾ ਕਰ ਗਿਆ ਆਓ ਤਕੜੇ ਨੰਬਰ ਦਾ ਵਾਧਾ ਕਰ ਗਿਆ ਇਹ ਮੁੰਡਾ ਵੀ ਖੇਡੂ ਨਿਊਜ਼ੀਲੈਂਡ ਦੀ ਧਰਤੀ ਤੇ ਇਹ ਮੁੰਡੇ ਤੇ ਵੀ ਮਾਣ ਕਰਦਾ ਤੀਰਥ ਟਵਾਲ ਕੰਗ ਪਿੰਡ ਵਾਲਾ ਮੇਰੇ ਮਿੱਤਰੋ ਹਰਮਨ ਜੰਡੀ ਆਇਆ ਹੋਇਆ ਉਹ ਕਬੱਡੀ ਕਬੱਡੀ ਤਪ 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 ਕਰਦਾ ਪੈਂਦਾ ਬਾ ਨਾ ਬਣਾਉਣਾ ਨਹੀਂ ਸਿਖਾਉਣਾ ਗੱਲਾਂ ਲਿਖ ਲਾ ਲੋਕੋ ਬਾ ਘਰ ਖਾਣਾ ਪੈਂਦਾ ਏ ਰੱਬ ਬਣਾਉਣਾ ਪੈਂਦਾ ਏ ਜੇ ਖੇਡਣੀ ਹੋਵੇ ਕਬੱਡੀ ਮਨ ਨੂੰ ਸ਼ੇਰ ਮੈਮਰੀ ਤੇਜ ਤੇ ਲੋਹਾ ਜਿਸਮ ਬਣਾਉਣਾ ਪੈਂਦਾ ਏ ਲੋਹਾ ਜਿਸਮ ਬਣਾਉਣਾ ਪੈਂਦਾ ਏ ਉਹ ਜਸ਼ਨ ਸਿੱਧੂ ਕੈਨੇਡਾ ਵਾਲੇ ਦਾ ਯਾਰ ਭੱਜ ਗਿਆ ਨਾਟ ਝੋਟ ਆ ਮੁੰਡਾ ਵੀ ਕਹਿੰਦੇ ਸਿਰੇ ਸਿਰੇ ਦੀਆਂ ਜਦੋਂ ਕਹਿੰਦੇ ਸਰਦਾਰ ਸਰਪੰਚ ਫਤਿਹ ਸਿੰਘ ਦਾ ਪੁੱਤਰ ਗੱਗੀ ਖੀਰਾਂ ਵਾਲੀਆ ਆ ਮੁੰਡਾ ਉਸੇ ਵੇਖਦਾ ਖੇਡ ਮੈਦਾਨ ਚ ਰੇਡ ਪਾਉਣ ਦੇ ਲਈ ਵਧਿਆ ਹੋਇਆ ਉਧਰ ਸਾਡਾ ਵੀ ਰਮਣਾ ਫੌਜੀ ਝੋਲਾ ਵਾਲਾ ਉਹ ਵੀ ਲਾਈਵ ਆਨੰਦ ਮਾਣਦਾ ਅੱਜ ਦੇ ਮੈਚਾਂ ਦਾ ਆਓ ਖੇਡ ਮੈਦਾਨ ਦੇ ਵਿੱਚ ਦੇਖ ਰਹੇ ਬੱਲੇ 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 ਕਮਾਲ ਕਮਾਲ ਗੁਰਚਰਨ ਸਿੰਘ ਜੀ ਭਨੋੜ ਉਹਨਾਂ ਨੇ 2000 ਰੁਪਏ ਦਾ ਕਰ ਦਿੱਤਾ ਗੁਰਚਰਨ ਸਿੰਘ ਜੀ ਭਨੋੜ ਉਹਨਾਂ ਵੱਲੋਂ ਵੱਡੇ ਮਾਣ ਆਏ ਆ ਕਹਿੰਦੇ ਟੱਪ ਖੰਡੂਰ ਪਿੰਡ ਵਾਲਾ ਜੱਦੀ ਪਿੰਡ ਵਾੜੇ ਵਾਲਾ ਮੇਰੇ ਮਿੱਤਰੋ ਪਰ ਪੱਕੇ ਤੌਰ ਤੇ ਖੰਡੂਰ ਰਹਿਣ ਲੱਗ ਗਿਆ ਆਹ ਮੁੰਡਾ ਲਿਖਣਾ ਵੀ ਸੋਹਣਾ
ਕਬੱਡੀ ਵੀ ਸੋਹਣੀ ਖੇਡਦਾ ਹੈ, ਫੀਪਾ ਟਰਾਈ ਕਰਦਾ ਹੈ ਪਰ ਕ੍ਰੇਡਰ ਰੇਸੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਪ੍ਰਦੀਪ, ਉਹ ਪ੍ਰਦੀਪ ਰਾਉਵਾਲ ਦੀ ਧਰਤੀ ਦਾ ਰੇਡ ਪਾ ਰਿਹਾ। ਜਾਂਗਪੁਰ ਦਾ ਮੇਲਾ ਚੱਲਦਾ ਮਿੱਤਰੋ, ਵੱਡੇ ਭਰਾਵਾਂ ਦਾ ਵੱਡਾ ਮੇਲਾ ਚੱਲਦਾ। ਉਹ ਪ੍ਰਦੀਪ ਇੱਕ ਤਕੜੇ ਨੰਬਰ ਦਾ ਵਾਧਾ ਕਰ ਗਿਆ। ਕੌਣ ਭੱਜਾ ਰਜਾ ਰਿਹਾ, ਧਰਤੀ ਹਿਲਦੀ ਆ ਮਿੱਤਰੋ, ਨਾਟ ਝੋਟ ਰੇਡ ਪਾ ਰਿਹਾ। ਜਿਹੜਾ ਮੁੰਡਾ ਇਹਨੂੰ ਜੱਫਾ ਲਾਵੇਗਾ ਤੇ ਉਹਦੇ ਲਈ ਵੱਡੇ ਮਾਣ ਸਨਮਾਨ 500 ਦੇ ਸਾਡੇ ਭਰਾਵਾਂ ਵੱਲੋਂ। ਜਸਵੰਤ ਸਿੰਘ ਚੀਮਾ, ਦਿਲਪ੍ਰੀਤ ਚੀਮਾ, ਕਾਕਾ ਖੇੜੀ, ਹਰਦੀਪ ਸਿੰਘ ਚੀਮਾ ਕੈਨੇਡਾ, ਇਹਨਾਂ ਵੱਲੋਂ ਜਿਹੜਾ ਨਾਟ ਝੋਟ ਨੂੰ ਰੱਖੇਗਾ 500 ਦਿੱਤਾ ਜਾਣਾ, 500 ਦਿੱਤਾ ਜਾਣਾ। ਸਾਹਮਣੇ ਵੇਖਦੇ ਆ ਵੀ ਚੀਮਣਿਆਂ ਵਾਲਾ ਪਹਿਲਵਾਨ ਦੀ ਕਬੱਡੀ, ਦੂਜੇ ਪਾਸੇ ਮੀਰਪੁਰੀਆ ਇੱਕ ਹੁਣ ਹੋਈ ਆ ਟੱਕਰ, ਹੁਣ ਹੋਈ ਆ ਟੱਕਰ। ਹਾਇਆ ਲਵ ਜਵਾਲ ਅੰਕ ਜੋੜ ਗਿਆ ਕਿ ਰੀਅਲ ਹੈ ਟੱਕਰ, ਕੋਈ ਕੰਮ ਨਹੀਂ ਆ ਫੇਕ। ਜਦੋਂ ਵੱਜਦੀ ਟਿਕਾਣੇ ਫਿਰ ਨਿਕਲਦਾ ਸੇਕ, ਜਦੋਂ ਵੱਜਦੀ ਟਿਕਾਣੇ ਫਿਰ ਨਿਕਲਦਾ ਸੇਕ। ਗੁਰਚਰਨ ਸਿੰਘ ਜੀ ਭਨੌਰ ਉਹਨਾਂ ਵੱਲੋਂ ਇਹਨਾਂ ਬੋਲਾਂ ਦੇ ਲਈ ਬਹੁਤ ਵੱਡੇ ਮਾਣ ਆਇਆ। ਗੁਰਚਰਨ ਚੀਮਾ ਬਾਈ ਦਾ, ਬਿੰਨ ਸੀਮਾ ਬਾਈ ਦਾ, ਜਸੀ ਚੀਮੇ ਦਾ, ਗੁਰਬਿੰਦਰ ਚੀਮੇ ਦਾ, ਬਦੋ ਵਾਲੀ ਅੱਖਾਂ ਲਗਾ ਤੇ ਲੱਗ ਗਿਆ ਸੀ ਪਰ ਖੁੰਝ ਗਿਆ ਮੁੰਡਾ, ਖੁੰਝ ਗਿਆ ਉਹ ਲਗਾ ਤੇ ਲੱਗ ਗਿਆ ਸੀ ਮੁੰਡਾ ਖੁੰਝ ਗਿਆ। ਜੋ ਤੀਰ ਨਿਸ਼ਾਨੇ ਉਹ ਖੁੰਝ ਜੇ, ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਸ਼ਾਮੀ ਤੇ ਕਰ ਦੇ ਵਾਰ। ਹੋਰ ਹੋਰ ਨਹੀਂ, ਹੋਰ ਨਹੀਂ ਪਰ ਹੋ ਕਿਵੇਂ ਮੁੰਡਾ ਲੀਲਾ ਵਾਲੇ ਦੀਪੇ ਦਾ ਯਾਰ ਹੈ ਮੇਰੇ ਮਿੱਤਰੋ, ਜਸ਼ਨ ਸਿੱਧੂ ਸਿਨਮਾ ਵਾਲੇ ਦਾ ਵੱਡਾ ਵੀਰ ਆ ਹੈ। ਮਾਣ ਕਰਦੇ ਆ ਮੁੰਡੇ ਦੀ ਖੇਡ ਤੇ। ਜਸਵੰਤ ਸਿੰਘ ਜੀ ਨਿਊਜ਼ੀਲੈਂਡ ਵਾਲੇ ਚਿੱਚੇ ਤੌਰ ਤੇ ਪੁੱਜੇ ਆ। ਹੋ ਕਬੱਡੀ 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 ਕਬੱਡੀ, ਨਾਟ ਝੋਟ ਇੱਥੋਂ ਨਹੀਂ ਲੋਟ ਆਉਣਾ, ਉਹ ਕੋਈ ਹੋਰ ਤਰੀਕਾ ਲੱਭਣਾ ਪੈਣਾ, ਹੋਰ ਤੋੜ ਲੱਭਣਾ ਪੈਣਾ ਮੁੰਡੇ ਦਾ। ਸਾਹਮਣੇ ਵੇਖਦੇ ਆ ਵੀ ਆ ਮੁੰਡਾ ਕਹਿੰਦੇ ਲਵ ਚੀਮਣਿਆਂ ਦੀ ਧਰਤੀ ਦਾ, ਉਹ ਪਹਿਲਵਾਨ ਧਰਤੀ ਧਕੇਲ ਜੱਟ ਰੇਡ ਪਾਉਣ ਦੇ ਲਈ ਅੱਜ ਜਾਂਗਪੁਰ ਦੇ ਵਿੱਚ ਵੇਰਿਆ ਫਿਰਦਾ। ਉਹ ਤਕੜੇ ਨੰਬਰ ਦਾ ਵਾਧਾ ਕਰ ਗਿਆ, ਤਕੜੇ ਨੰਬਰ ਦਾ ਵਾਧਾ ਕਰ ਗਿਆ। ਥੋੜੇ ਦਿਨ ਪਹਿਲਾਂ ਮੁੰਡੇ ਨੇ ਆਪਣੇ ਪਿੰਡ ਦੇ ਵਿੱਚ ਚੋਟੀ ਦਾ ਮੇਲਾ ਕਰਾਇਆ ਮੇਰੇ ਮਿੱਤਰੋ। ਹੋ ਕਬੱਡੀ ਕਿਵੇਂ ਤਪਦੀ ਕਿ ਮੁੜਕੋ ਮੁੜਕੀ ਹੋ ਗਿਆ ਲਾਕੇ, ਜੋਰ ਚੋਬਰਾਂ ਦਾ ਕੰਡਾ ਵੀ ਨੀ ਚੁਭਦਾ, ਜਿਸਮ ਕਠੋਰ ਚੋਬਰਾਂ ਦਾ, ਚੜੀ ਜਵਾਨੀ ਗਰਮ ਖੂਨ, ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋ, ਡਰ ਕੇ ਨੀ ਭੱਜਦੇ ਰਾਜੇ ਖੇਲੇ ਮਰਦ ਮਦਾਨੋ, ਡਰ ਕੇ ਨੀ ਭੱਜਦੇ। ਮਿਹਨਤ ਚੀਮਾ ਤੇ ਗੁਰਚਰਨ ਚੀਮਾ ਅਗਲੇ ਸਾਲ ਬਿਸ਼ਟਾਂ ਦੇ ਲਈ 11,000 ਇਹ ਭਰਾਵਾਂ ਵੱਲੋਂ ਦਿੱਤੇ ਜਾਣਗੇ। ਅਗਲੇ ਸਾਲ ਵੀ ਮੇਲਾ ਵੱਡਾ ਹੋਵੇਗਾ ਜਾਂਗਪੁਰ ਦੇ ਵਿੱਚ, ਇਹ ਸਾਡੇ ਵੀ ਐਲਾਨ ਕਰਵਾਉਂਦੇ ਆ। ਮਿਹਨਤ ਚੀਮਾ ਤੇ ਨਾਲ ਕਹਿੰਦੇ ਗੁਰਚਰਨ ਚੀਮਾ ਵੱਡੇ ਯੋਗਦਾਨ। ਤਪ ਖੇਡ ਮੈਦਾਨ ਦੇ ਵਿੱਚ ਜਦੋਂ ਮਹਾਂਪੁਰਸ਼ਾਂ ਨੇ ਪੰਜਾਬ ਦੀ ਧਰਤੀ ਤੇ ਤਪ ਕੀਤਾ ਤੇ ਦੁਨੀਆਂ ਨੂੰ ਤਾਰਿਆ ਮਿੱਤਰੋ, ਖੇਡ ਮੈਦਾਨ ਦੇ ਵਿੱਚ ਤਪ ਦੀ ਰੇਡ। ਹੁਣ ਦੇਖਾਂਗੇ ਵੀ ਉਹ ਚੀਮਾ, ਹਾਂ ਚੀਮਾ, ਜਿੱਦਾਂ ਸਿੱਪੀ ਗਿੱਲ ਕਹਿੰਦਾ ਹੁੰਦਾ ਉਹ ਚੀਮਾ, ਹਾਂ ਚੀਮਾ, ਕਿ ਚੀਮਾ ਚੀਮਾ ਕਹਿੰਦੇ ਲੋਕੀ ਆਈਡਲ ਮੰਨਦੇ ਯਾਰਾਂ ਨੂੰ, ਚੀਮਾ ਚੀਮਾ ਕਹਿੰਦੇ ਲੋਕੀ ਆਈਡਲ ਮੰਨਦੇ ਯਾਰਾਂ ਨੂੰ। ਗੁਰਪਿੰਦਰ ਚੀਮੇ ਨੂੰ ਟੱਚ ਵੱਜਿਆ, ਹਾਂ ਲਵ ਪਿਆਲ, ਲਵ ਪਿਆਲ, ਹੁਣ ਕੀ ਲਿਆਉਂਦਬੰਦੀ ਹੋਵੇਗੀ, ਫੇਰ ਹੋਗੀ ਦੋ ਸ਼ੇਰਾਂ ਦੀ ਟੱਕਰ, ਹੱਥ ਫਿਰ ਗਏ ਸ਼ੇਰਾਂ ਦੇ, ਖੜ ਕੇ ਦੇਖੇ ਕੁੱਲ ਜਮਾਨਾ, ਕੁੱਲ
ਉਹੀ ਜਿੱਤਣਗੇ ਜਿਨ੍ਹਾਂ ਦੇ ਡੋਲਿਆਂ ਪੱਟਾਂ ਵਿੱਚ ਜਾਨਾਂ। ਕਬੱਡੀ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਡੋਲਿਆਂ ਪੱਟਾਂ ਵਿੱਚ ਜਾਨਾਂ। ਬਾਕੀ ਜਿਨ੍ਹਾਂ ਦੇ ਜਾਨ ਉਹਨਾਂ ਦੇ ਸਿਰਨਾਮੇ ਪੁੱਛੇ ਜਾਂਦੇ ਆ। ਸਾਹਮਣੇ ਪੈ ਗਈ ਰੇਡ, ਕਹਿੰਦੇ ਬੰਦੂਕ ਤੋਂ ਦੁਨੀਆਂ ਡਰਦੀ ਆ, ਉਹ ਸ਼ਮਸ਼ੀਰ ਤੋਂ ਦੁਨੀਆਂ ਡਰਦੀ ਆ, ਭੈ ਹੁੰਦਾ ਸ਼ੇਰ ਦੀ ਦੁਹਾਰ ਦਾ, ਉਹ ਸੱਪ ਦੀ ਲਕੀਰ ਤੋਂ ਦੁਨੀਆਂ ਡਰਦੀ ਆ। ਜੋਲੋ ਹੋਵੇਗਾ ਸੱਤ ਜਰਨੈਲ ਸਿੰਘ ਭਿੰਡਰਾਂ ਦਾ, ਜਿਹਦੀ ਤਸਵੀਰ ਤੋਂ ਦੁਨੀਆਂ ਡਰਦੀ ਆ, ਜਿਹਦੀ ਤਸਵੀਰ ਤੋਂ ਦੁਨੀਆਂ ਡਰਦੀ ਹੈ, ਸੱਤ ਜਰਨੈਲ ਸਿੰਘ ਦੀ ਭਿੰਡਰਾਂ ਵਾਲਿਆਂ ਦਾ ਇੱਕ ਵੱਡੀ ਸ਼ਖਸੀਅਤ ਰਹੇ। ਜੀਵਨ ਚੀਮਾ ਤੇ ਜੱਸੀ ਚੀਮਾ ਕਹਿੰਦੇ ਗੁਰਪਿੰਦਰ ਜੱਫਾ ਲਾਵੇ ਇੱਕ ਹਜ਼ਾਰ ਦੇ ਮਾਣ ਹੋਣਗੇ। ਪਰ ਲਵ ਦਿਆਲ ਸਾਹਮਣੇ ਕਹਿੰਦੇ ਏਕਮ ਮੀਰਪੁਰੀਆ ਨਾਲ ਮਨਦੀਪ ਬੈਂਸਾਂ ਵਾਲਾ ਬੱਬੂ ਦੇ ਸੇਵਕ, ਉਹ ਚਾਰ ਮੁੰਡਿਆਂ ਨੇ ਕਹਿੰਦੇ ਇੱਕ ਕੰਧ ਖੜੀ ਕਰੀ ਕੀਤੀ ਹੋਈ ਹੈ ਤੇ ਸਾਹਮਣੇ ਇਹ ਮੁੰਡਾ ਅੱਜ ਰੋਕਣ ਦੇ ਮੂਡ ਚ ਨਹੀਂ। ਸਾਹਮਣੇ ਨਾਟ ਝੋਟ ਜੇ ਗੁਰਪਿੰਦਰ ਜੱਫਾ ਲਾਵੇਗਾ, ਜੇ ਤਿੰਨ ਜੱਫੇ ਲਾਤੇ ਤੇ ਬਦਾਮ ਵੀ ਦੇਣੇ ਆ ਸਾਡੇ ਜੀਵਨ ਚੀਮਾ ਵਾਲਿਓ ਤੇ ਜੱਸੀ ਚੀਮਾ ਵਾਲਿਓ, ਤੇ ਕਹਿੰਦੇ ਇੱਕ ਹਜ਼ਾਰ ਇੱਕ ਜੱਫੇ ਦਾ ਵੀ ਦਿੱਤਾ ਜਾਣਾ। ਰਾਹੂ ਵਾਲਿਆ ਪ੍ਰਦੀਪ ਆ ਗਿਆ ਵੀਰੇ, ਆ ਪ੍ਰਦੀਪ ਆ ਗਿਆ, ਸ਼ਾਟਮੈਨ ਸਰੀਰ ਹੈ। ਹਾਂ ਮੁੰਡਾ ਕਹਿੰਦੇ ਹਰਜੀਤ ਕਬੱਡੀ ਕਲੱਬ ਲੋਟਾਂ ਲਈ ਖੇਡਦਾ, ਕਾਲੇ ਲੋਟਾਂ ਲਈ ਖੇਡਦਾ, ਸੋਹਣ ਰੁੜਕੀ ਲਈ ਖੇਡਦਾ, ਲੀਲਾ ਵਾਲੇ ਦੀਪੇ ਦੀ ਟੀਮ ਲਈ ਖੇਡਦਾ। ਮੇਰੇ ਮਿੱਤਰੋ ਦੂਜੇ ਪਾਸੇ ਆ ਟੀਮ ਨੇ ਆਪਣਾ ਬੈਸਟ ਜਾਫੀ ਡਿਕਲੇਅਰ ਹੋਇਆ ਮਨਦੀਪ ਬੈਂਸਾਂ ਵਾਲਾ। ਦਿਲਪ੍ਰੀਤ ਬਾਈ ਹੋਣਾ ਵੱਲੋਂ ਵੱਡੇ ਮਾਣ ਹੋਣਗੇ। ਟੱਪ ਦੀ ਰੇਡ ਸਕਰੀਨ ਵੱਲ ਨਿਗਾਹ ਮਾਰੋ, ਉਹ ਦਿਲ ਧੜਕਦਾ ਧੱਕ ਧੱਕ ਵੱਜਦਾ, ਉਹ ਟੀਮਾਂ ਦੋਨੋਂ ਤਗੜੀਆਂ, ਕਿਹੜੀ ਜਿੱਤਣੀ ਆ ਸੱਕ ਤੇ ਰਹਿਣੀ ਆ, ਉਹ ਮੇਲਾ ਜਾਗਪੁਰ ਦਾ ਧੱਕ ਤੇ ਪੈਣੀ ਆ, ਧੱਕ 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 ਤੇ ਪੈਣੀ ਆ, ਧੱਕ ਤੇ ਪੈਣੀ ਆ। ਬਦਵਾਲੀਆ ਥੋੜਾ ਜਿਹਾ ਖੁੰਝ ਗਿਆ, ਥੋੜਾ ਜਿਹਾ ਖੁੰਝ ਗਿਆ, ਟੱਪ ਦੀ ਸਿਆਣਾ ਰੇਡਰ ਆ ਇਸ ਸੀਜ਼ਨ ਦੇ ਵਿੱਚ ਮੁੰਡੇ ਨੇ ਲੁਧਿਆਣਾ ਪਲੇਅਰ ਕੋਟਲਾ ਲੀਗ ਦੇ ਵਿੱਚ ਮਿਹਨਤ ਕਰਕੇ ਇੱਕ ਵੱਡਾ ਰੁਤਬਾ ਹਾਸਲ ਕਰ ਲਿਆ। ਆ ਮੁੰਡੇ ਦੀਆਂ 3 ਕੌਡੀਆਂ ਤੇ ਕਿਲੋ ਬਦਾਮ 500 ਦੇ ਮਾਣ ਹੋਣਗੇ। ਫੇਰ ਮੀਰਪੁਰੀਆ ਏਕਮ ਮੀਰਪੁਰੀਆ ਦੇ ਦੂਜੇ ਪਾਸੇ ਲਵ ਪੁਲਵਾ, ਉਹ ਮੁੰਡਿਆਂ ਲਈ ਤਾੜੀ ਤਾਂ ਬਣਦੀ ਆ। ਉਹ ਕਿੱਦਾਂ ਦੀ ਟੱਕਰ ਲੱਗੀ, ਜਾਗਪੁਰ ਦੇ ਵਿੱਚ ਦੁੱਖ ਟੁੱਟ ਗਏ, ਲੋਕਾਂ ਨੇ ਸਵਾਦ ਲੈਤਾ, ਉਹ ਜੇ ਮੈਚ ਵਧੀਆ ਲੱਗੇ ਖਿਡਾਰੀ ਵਧੀਆ ਲੱਗੇ ਇੱਕ ਵਾਰੀ ਪ੍ਰਬੰਧਕਾਂ ਦੇ ਨਾਂ ਤੇ ਤਾੜੀ ਤਾਂ ਬਣਦੀ ਆ, ਤਾੜੀ ਤਾਂ ਬਣਦੀ ਆ। ਵੱਡੀ ਮਿਹਨਤ ਕੀਤੀ ਹੈ ਸਾਡੇ ਭਰਾਵਾਂ ਨੇ, ਬਾਈ ਦਿਲਪ੍ਰੀਤ ਦਾ ਔਰ ਬਾਈ ਜਸਵੀ ਦਾ, ਬਾਈ ਸਿਮਰਨ ਦਾ, ਜਸ਼ਨ ਦਾ, ਸਰਪੰਚ ਅਮਰਜੀਤ ਸਿੰਘ ਦਾ, ਉਹਨਾਂ ਦੀ ਸਮੁੱਚੀ ਟੀਮ ਦਾ, ਸਾਰੇ ਪ੍ਰਬੰਧਕੀ ਦੇ ਆ ਬਾਈ ਵੱਡਾ ਧੰਨਵਾਦ। ਹਾਂਜੀ ਬਾਈ ਗੁਰਚਰਨ ਜੀ, ਵਾਹਿਗੁਰੂ ਵਾਹ ਬਾਈ ਗੁਰਚਰਨ ਭਰੋੜ ਜੀ ਕਹਿੰਦੇ ਜੇ ਖਾਨ ਹੋਣੀ ਇੱਕੋ ਹੀ ਜੱਫਾ ਲਾ ਦੇਣਗੇ ਕੋਈ ਵੀ ਜਾਫੀ, 1500 ਦੇ ਮਾਣ ਹੋਣਗੇ। ਗੁਰਚਰਨ ਸਿੰਘ ਦੀ ਭਨੋੜ, ਵੱਡਾ ਦਿਲ, ਵੱਡੀ ਮਾਇਆ, ਹਰ ਰੂਪ ਇਹਨਾਂ ਖਿਡਾਰੀਆਂ ਤੋਂ ਜਾਨ ਮਾਰਦੇ ਆ। ਹੁਣ ਟੱਕਰ ਆ ਜਾਂਦਾ ਸ਼ੂਕ ਦਾ, ਅੱਲਾਹੂ ਦੀ ਆਵਾਜ਼ ਆਵੇ, ਅੱਲਾਹੂ ਦਾ ਆਵਾਜ਼ ਆਵੇ, ਮੁਸਤਾਖ ਔਰ ਰੇਡ ਪਾਉਣ ਦੇ ਲਈ ਗੁਜਰਾਂ ਦਾ ਮੁੰਡਾ ਬੋਲਿਆ, ਔਰ ਸਾਹਮਣੇ ਵੇਖ ਰਿਹਾ ਵੀ ਟਾਈਮ ਪੀਸ ਤੇ 1:30 ਵੱਜ ਗਿਆ, ਆਓ ਦੇਖੋ।
ਸਾਹਮਣੇ ਖੇਡ ਮੈਦਾਨ ਦੇ ਵਿੱਚ ਉਹ ਤਕੜਾ ਛੋਟੇ ਮੀਆਂ ਤੇ ਵੱਡੇ ਮੀਆਂ ਇਹ ਗੱਲਾਂ ਚੱਲਦੀਆਂ ਮਿੱਤਰੋ ਬਹੁਤ ਤਕੜਾ ਮੈਚ ਮੈਚ ਸੋਹਣਾ ਖੇਡਿਆ ਗਿਆ ਅਗਲੀਆਂ ਟੀਮਾਂ ਵੀ ਗਰਾਊਂਡ ਚ ਆ ਜਾਣ ਬੰਨੂ ਆ ਜਾ ਵੀਰਾ।